ਕਰਦਾ ਪਿਆਰ ਲੇਖ ਪ੍ਰਿੰਸੀਪਲ ਤੇਜਾ ਸਿੰਘ ਦੀ ਰਚਨਾ। ਪ੍ਰਿੰਸੀਪਲ ਤੇਜਾ ਸਿੰਘ ਦਾ ਜਨਮ 1894 ਈਸਵੀ ਵਿੱਚ ਪਿੰਡ ਡਿਆਲਾ ਰਾਵਲਪਿੰਡੀ ਜ਼ਿਲ੍ਹਾ ਜੋ ਕਿ ਅੱਜ ਕੱਲ ਪਾਕਿਸਤਾਨ ਵਿੱਚ ਹੈ। ਉਹਨਾਂ ਦੀ ਪ੍ਰਸਿੱਧ ਸਵੈ ਜੀਵਨੀ ਆਰਸੀ ਪ੍ਰਸਿੱਧ ਸਵੈ ਜੀਵਨੀ। ਨੈਕਸਟ, ਪਿਤਾ ਦਾ ਨਾਮ ਕੋਈ ਦੱਸ ਸਕਦਾ? ਮੈਂ ਆਪਸ਼ਨ ਦੱਸਦੀ ਹਾਂ, ਭੁਲਾਕਰ ਸਿੰਘ। ਪਿਤਾ ਦਾ ਨਾਮ ਕੀ ਹੈ? ਪਿਤਾ ਦਾ ਨਾਮ ਭੁਲਾਕਰ ਸਿੰਘ। ਮਾਤਾ ਦਾ ਨਾਮ ਸੁਰਸਤੀ। ਮਾਤਾ ਦਾ ਨਾਮ ਸੁਰਸਤੀ। ਦੇਹਾਂਤ 1958 64 ਦੀ ਏਜ, ਕਿੰਨੀ ਏਜ ਵਿੱਚ? 64 64 ਸਾਲ ਦੀ ਉਮਰ ਵਿੱਚ ਦੇਹਾਂਤ ਹੋਇਆ। ਇਸ ਤੋਂ ਇਲਾਵਾ ਜਿਹੜੇ ਜਨਰਲ ਹੋਰ ਕੁਸ਼ਚਨ ਨੇ ਕਿ ਬੀਏ ਕਦੋਂ ਕੀਤੀ, 1914 ਵਿੱਚ ਟੇਬਲ ਬਣਾ ਕੇ ਡੇਟਸ ਯਾਦ ਕਰ ਲੈਣਾ, ਈਅਰ ਯਾਦ ਕਰ ਲੈਣਾ ਬੇਟੇ। 1910 ਵਿੱਚ ਮੈਟ੍ਰਿਕ ਪਾਸ ਕੀਤੀ ਹੈ, 1914 ਵਿੱਚ ਬੀਏ ਦੀ ਡਿਗਰੀ ਹਾਸਲ ਕੀਤੀ ਹੈ। ਬੀਏ ਦੀ ਡਿਗਰੀ ਤੋਂ ਬਾਅਦ 1917 ਵਿੱਚ ਐਮਏ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਉਹ ਪ੍ਰਿੰਸੀਪਲ ਨਿਯੁਕਤ ਹੋਏ ਹੈ। ਠੀਕ ਹੈ ਬੱਚੇ, 1910 ਮੈਟ੍ਰਿਕ, 1914 ਵਿੱਚ ਬੀਏ, 1917 ਦੇ ਵਿੱਚ ਐਮਏ। ਉਸ ਤੋਂ ਬਾਅਦ ਉਹਨਾਂ ਨੇ ਪ੍ਰਿੰਸੀਪਲ ਦਾ ਅਹੁਦਾ ਸੰਭਾਲਿਆ ਹੈ ਖਾਲਸਾ ਕਾਲਜ ਬੰਬਈ ਦੇ ਵਿੱਚ। ਹੁਣ ਆਪਾਂ ਗੱਲ ਕਰੀਏ ਘਰ ਦਾ ਪਿਆਰ ਕੀ ਹੈ। ਘਰ ਇੱਟਾਂ ਜਾਂ ਵੱਟਿਆਂ ਦੇ ਬਣੇ ਹੋਏ ਕੋਠੇ ਨੂੰ ਨਹੀਂ ਕਹਿੰਦੇ, ਉਹ ਇੱਕ ਮਕਾਨ ਹੈ। ਠੀਕ ਹੈ, ਘਰ ਉਹ ਥਾਂ ਹੈ। ਪਹਿਲੇ ਪੂਰਾ ਚੈਪਟਰ ਸਮਝ ਲਓ, ਫਿਰ ਵਨ ਮਾਰਕ ਕੁਐਸਚਨਸ ਕਰਦੇ ਹਾਂ ਵਿਦ ਆਪਸ਼ਨ। ਘਰ ਉਹ ਥਾਂ ਹੈ, ਬੋਲੋ, ਜਿੱਥੇ ਮਨੁੱਖ ਦੀਆਂ ਇੱਛਾਵਾਂ ਤੇ ਸਧਰਾਂ ਪਲਦੀਆਂ ਹਨ, ਜਿੱਥੇ ਮਨੁੱਖ ਸਾਰੀ ਉਮਰ ਰੋਜ਼ੀ ਰੋਟੀ ਕਮਾ ਕੇ ਸਾਰੀ ਦੁਨੀਆ ਗਾ ਕੇ ਘਰ ਆ ਕੇ ਸਕੂਨ ਮਿਲਦਾ, ਆਰਾਮ ਮਿਲਦਾ ਹੈ। ਜਿੱਥੇ ਇਨਸਾਨ ਨੇ ਬੁਢਾਪੇ ਦੇ ਵਿੱਚ ਆਪਣੇ ਵਿਹਲੇ ਪਲਾਂ ਨੂੰ ਆਨੰਦਮਈ ਢੰਗ ਨਾਲ ਸਪੈਂਡ ਕਰਨਾ, ਬਿਤਾਉਣਾ ਹੈ। ਨੈਕਸਟ, ਫਿਰ ਲੇਖਕ ਨੇ ਘਰ ਦੇ ਪਿਆਰ ਦੀ ਮਹੱਤਤਾ ਦੱਸਦੇ ਹੋਏ ਦੱਸਿਆ ਕਿ ਘਰ ਉਹ ਥਾਂ ਹੈ ਜਿੱਥੇ ਮਨੁੱਖ ਦਾ, ਬੋਲੋ ਕੰਪਲੀਟ ਕਰੋ, ਆਚਰਣ ਬਣਦਾ, ਜਿੱਥੇ ਸਦਾਚਾਰਕ ਗੁਣ ਮਿਲਦੇ ਨੇ। ਆਚਰਣ ਸਮਝਦੇ ਹੋ, ਕਰੈਕਟਰ ਬਣਦਾ। ਤੇ ਕਹਿੰਦੇ ਆ ਕਿ ਜੇ ਆਚਰਣ ਸਾਡਾ ਸਹੀ ਹੈ ਨਾ, ਤਾਂ ਜ਼ਿੰਦਗੀ 'ਚ ਅਸੀਂ ਸਫਲ ਹਾਂ। ਕਰੈਕਟਰ ਇਜ਼ ਲੋਸਟ, ਐਵਰੀਥਿੰਗ ਇਜ਼ ਲੋਸਟ। ਆਚਰਣ ਗਿਆ ਤਾਂ ਸਭ ਕੁਝ ਗਿਆ। ਆਚਰਣ ਮੀਨ ਚਰਿੱਤਰ, ਇਨਸਾਨ ਦਾ ਸਹੀ ਹੋਣਾ ਚਾਹੀਦਾ। ਤੇ ਚਰਿੱਤਰ ਇਨਸਾਨ ਦਾ ਕਿਵੇਂ ਬਣਦਾ? ਸਦਾਚਾਰਕ ਗੁਣਾਂ ਨਾਲ। ਤੇ ਸਦਾਚਾਰਕ ਗੁਣ ਕਿੱਥੋਂ ਮਿਲਣੇ ਆ? ਆਪਣੇ ਘਰ ਪਰਿਵਾਰ ਵਿੱਚੋਂ, ਘਰ ਪਰਿਵਾਰ ਵਿੱਚੋਂ, ਫਿਰ ਸੰਗਤ ਵਿੱਚੋਂ। ਇਹ ਤਾਂ ਸਭ ਨੂੰ ਪਤਾ ਕਿ ਜੇ ਸਾਡਾ ਕਰੈਕਟਰ ਸਹੀ ਹੈ ਨਾ, ਤਾਂ ਅਸੀਂ ਜ਼ਿੰਦਗੀ ਦੇ ਵਿੱਚ ਹਰ ਇੱਕ ਕੋਲੋਂ ਵਡਿਆਈ ਲੈਣੀ ਹੈ, ਤੇ ਜਾਣ ਲੱਗਿਆਂ ਵੀ, ਦੁਨੀਆਂ 'ਚੋਂ ਜਾਣ ਲੱਗਿਆਂ ਵੀ ਵਡਿਆਈ ਮਿਲਣੀ। ਜੇਕਰ ਇਨਸਾਨ ਦਾ ਚਰਿੱਤਰ ਉੱਚਾ ਸੁੱਚਾ ਹੈ, ਹੁਣ ਚਰਿੱਤਰ ਉੱਚਾ ਸੁੱਚਾ ਰੱਖਣਾ, ਉਹਦੇ 'ਚ ਕਿਹੜੀਆਂ ਚੀਜ਼ਾਂ ਕੰਮ ਆਉਂਦੀਆਂ ਨੇ? ਸਾਡੇ ਮੇਲ ਮਿਲਾਪ ਦੀ ਭਾਵਨਾ, ਸਾਡੀ ਬੋਲ ਬਾਣੀ, ਜਿਹੜਾ ਬੋਲੀ ਲੇਖ ਕਰਾਂਗੇ ਉੱਥੇ ਇਹ ਕਰਾਂਗੇ ਕਿ ਅਸੀਂ ਲਫ਼ਜ਼ਾਂ ਦੇ ਸਿੱਕੇ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ, ਉਹਦੇ ਕਰਕੇ ਸਾਡਾ ਆਚਰਣ ਬਣਦਾ। ਔਰ ਤੁਸੀਂ ਗੁਰਬਾਣੀ 'ਚ ਵੀ ਬਹੁਤ ਸਾਰਾ ਪੜ੍ਹਿਆ ਕਿ ਮਿਠਾਸ ਹੋਏਗੀ, ਨਿਮਰਤਾ ਹੋਏਗੀ, ਮਨ ਤੇ ਕਾਬੂ ਹੋਏਗਾ, ਚੁੱਪ ਰਹਿਣ ਦੀ ਸਾਡੇ 'ਚ ਜਾਂਚ ਹੋਏਗੀ ਕਿ ਅਸੀਂ ਫਾਲਤੂ ਨਹੀਂ ਬੋਲਣਾ, ਤਾਂ ਅਸੀਂ ਇੱਕ ਚੰਗੇ ਚਰਿੱਤਰ ਦੇ ਮਾਲਕ ਹਾਂ। ਤੇ ਘਰ ਦਾ ਜਿਹੜਾ ਘਰ ਹੈ, ਉਹ ਅਜਿਹੀ ਥਾਂ ਹੈ ਜਿੱਥੇ ਕਿ ਘਰ ਪਰਿਵਾਰ ਵਿੱਚ ਆਪਣੇ ਭੈਣ ਭਰਾਵਾਂ ਨਾਲ, ਆਪਣੇ ਵੱਡਿਆਂ ਤੋਂ ਅਜਿਹੇ ਸੰਸਕਾਰ ਸਾਨੂੰ ਮਿਲੇ। ਕਈ ਵਾਰੀ ਕੋਈ ਬੱਚੇ ਜਦੋਂ ਜ਼ਿਆਦਾ ਬੋਲਣ, ਜ਼ਿਆਦਾ ਮਿਸਬਿਹੇਵ ਕਰਨ, ਤਾਂ ਆਪਾਂ ਕਹਿ ਦਿੰਦੇ ਹਾਂ ਨਾ ਸਹਿ ਸੁਭਾਈ ਕਿ ਪਤਾ ਨਹੀਂ ਇਹ ਕਿਹੜੀ ਫੈਮਿਲੀ ਨੂੰ ਬਿਲੋਂਗ ਕਰਦਾ, ਐਵੇਂ ਵਿਚਾਰੇ ਪੇਰੈਂਟਸ 'ਤੇ ਬਲੇਮ ਆ ਜਾਂਦਾ। ਇਹ ਨਹੀਂ ਹੈ ਕਿ ਕਈ ਵਾਰੀ
ਬੱਚਿਆਂ ਦੀ ਜਿਹੜੀ ਸੰਗਤ ਹੈ ਉਹਨੂੰ ਖਰਾਬ ਕਰ ਦਿੰਦੀ ਹੈ। ਨੈਕਸਟ, ਘਰ ਦੇ ਪਿਆਰ ਦੀ ਮਹੱਤਤਾ ਨੂੰ ਸਮਝਾਉਣ ਲਈ ਲੇਖਕ ਨੇ ਇੱਕ ਬਿਰਧ ਬੀਬੀ ਦਾ ਹਵਾਲਾ ਦਿੱਤਾ। ਇਸਦੇ ਵਿੱਚ ਲੇਖਕ ਦੱਸਿਆ ਕਿ ਉਸਦੇ ਜਾਣਕਾਰ ਇੱਕ ਬਿਰਧ ਬੀਬੀ, ਨੋਟ ਕਰ ਲਓ, ਬਿਰਧ ਬੀਬੀ ਦਾ ਹਵਾਲਾ ਦਿੱਤਾ ਕਿ ਕਿਹੜੀ ਬੀਬੀ ਦਾ ਹਵਾਲਾ ਹੈ ਇਸ ਲੇਖ ਵਿੱਚ, ਬਿਰਧ ਬੀਬੀ ਜੋ ਕਿ ਕਿਉਂ ਅਜੇ ਸਨ ਨੇਕੀ ਤੇ ਪਿਆਰ ਦੀ ਪੁਤਲੀ ਸਨ। ਨੋਟ ਕਰੋ, ਨੇਕੀ ਤੇ ਉਪਕਾਰ ਦੀ ਪੁਤਲੀ ਸਨ। ਸਵੇਰੇ ਬਿਨ ਨਾਗਾ ਉਹਨਾਂ ਦੇ ਗੁਣ ਵੀ ਸਨ, ਪਰ ਉਹਨਾਂ ਦੀ ਇੱਕ ਵੀਕਨੈਸ ਵੀ ਸੀ। ਇੱਕ ਬਿਰਧ ਬੀਬੀ ਦੀ ਉਦਾਹਰਨ ਦਿੱਤੀ ਹੈ ਲੇਖਕ ਨੇ। ਬਿਰਧ ਮੀਨਸ ਬਜ਼ੁਰਗ, ਜੋ ਕਿ ਨੇਕੀ ਤੇ ਉਪਕਾਰ ਦੀ ਪੁਤਲੀ ਹੋਏ ਨੇ, ਉਹ ਬਿਨ ਨਾਗਾ ਨਿਤ ਨੇਮ ਨਾਲ ਕੀ ਕਰਦੇ ਸਨ, ਗੁਰਦੁਆਰੇ ਜਾਂਦੇ, ਕਿਸੇ ਦੇ ਪਰ ਦੁੱਖ ਨੂੰ ਦੇਖ ਕੇ ਸਹਿਣ ਨਹੀਂ ਸੀ ਕਰ ਸਕਦੇ। ਇਹ ਵੀ ਹੈ ਉਹਨਾਂ ਦੀ ਕਿਹੋ ਜਿਹੀ ਭਾਵਨਾ, ਇੱਕ ਦੂਜੇ ਦੇ ਪ੍ਰਤੀ ਪਿਆਰ ਦੀ, ਹਮਦਰਦੀ ਦੀ ਭਾਵਨਾ, ਕਿ ਕਿਸੇ ਦਾ ਦੁੱਖ ਨਹੀਂ ਸੀ ਜਰ ਸਕਦੇ। ਅੱਗੇ ਆ ਕੇ ਦੱਸਿਆ ਕਿ ਪਰ ਭਾਵੇਂ ਉਹ ਬੱਚਿਆਂ ਨੂੰ ਦੇਖ ਕੇ ਬੱਚੇ ਬਣ ਜਾਂਦੇ ਸਨ, ਪਰ ਉਹਨਾਂ ਦਾ ਸੁਭਾਅ ਚਿੜਚਿੜਾ ਸੀ, ਖਰਵਾ ਸੀ। ਲੱਗਦਾ ਸੀ ਕਿ ਜਿਵੇਂ ਇਹ ਘਰ ਦੇ ਪਿਆਰ ਤੋਂ ਸੱਖਣੇ ਹੋਣ। ਉਹੀ ਗੱਲ ਹੋਈ ਕਿ ਉਹਨਾਂ ਦਾ ਪਤੀ ਹੈ ਜਿਹੜਾ, ਉਹ ਛੇਤੀ ਚੱਲ ਵਸਿਆ ਸੀ। ਇੰਜ ਮਾਲੂਮ ਹੁੰਦਾ ਸੀ ਕਿ ਉਹਨਾਂ ਨੂੰ ਕੋਈ ਵੱਡਾ ਦੁੱਖ ਨੇ ਘੇਰਿਆ, ਜਿਸ ਕਰਕੇ ਉਹਨਾਂ ਦਾ ਸੁਭਾਅ ਖਰਵਾ, ਚਿੜਚਿੜਾ। ਪਰ ਵੈਸੇ ਉਹ ਨੇਕੀ ਤੇ ਕਿਸੇ, ਜਿਹੜਾ ਇਨਸਾਨ ਦੂਜੇ ਦੇ ਦੁੱਖ ਨੂੰ ਦੁੱਖ ਸਮਝਦਾ ਨਾ, ਮੀਨਸ ਉਹਦੇ ਅੰਦਰ ਇਨਸਾਨੀਅਤ ਹੈ, ਉਹ ਇਨਸਾਨੀਅਤ ਦੀ ਪੁਤਲੀ ਸਨ। ਨੈਕਸਟ, ਫਿਰ ਲੇਖਕ ਦੱਸਦਾ ਕਿ ਮੈਂ ਵੱਡੇ ਵੱਡੇ ਕਥੱਕੜ ਦੇਖੇ ਹਨ। ਕਥੱਕੜ ਨੋਟ ਕਰੋ, ਕਥੱਕੜ ਕਿਹਨਾਂ ਨੂੰ ਆਖਦੇ ਹਨ? ਵਨ ਮਾਰਕ ਕੁਸ਼ਚਨ, ਕਥੱਕੜ ਕੌਣ ਹੁੰਦੇ ਹਨ? ਹੁਣ ਆਪਸ਼ਨ ਆਏਗਾ, ਕਹਾਣੀ ਸੁਣਾਉਣ ਵਾਲੇ, ਗੱਲਾਂ ਕਰਨ ਵਾਲੇ, ਚੁੱਪ ਰਹਿਣ ਵਾਲੇ, ਜਾਂ ਕਥਾ ਕਰਨ ਵਾਲੇ, ਕਥਾ ਵਿਚਾਰਾਂ ਕਰਨ ਵਾਲੇ ਕਥੱਕੜ ਹੁੰਦੇ ਹਨ। ਇਸ ਤਰ੍ਹਾਂ ਆਪਸ਼ਨ ਆਉਣੀਆਂ ਹਨ ਬੇਟੇ। ਪਰ ਜੇ ਤੁਸੀਂ ਕਲਾਸ 'ਚ ਮੀਨਿੰਗ ਸਮਝਿਆ ਹੋਇਆ ਤਾਂ ਤੁਸੀਂ ਦੱਸ ਸਕਦੇ ਹੋ, ਨਹੀਂ ਤਾਂ ਤੁਹਾਨੂੰ ਕਥੱਕੜ ਦਾ ਮੀਨਿੰਗ ਨਹੀਂ ਆਏਗਾ। ਕਥੱਕੜ ਤੋਂ ਭਾਵ ਕਥਾ ਕਰਨ ਵਾਲੇ, ਕਥਾ ਸੁਣਾਉਣ ਵਾਲੇ, ਵਿਚਾਰ ਕਰਨ ਵਾਲੇ, ਜਿਹੜੇ ਕਿ ਵੱਡੇ ਵੱਡੇ ਪੰਡਾਲਾਂ ਦੇ ਵਿੱਚ ਕਥਾ ਕਰਦੇ ਨੇ, ਆਪਣੀ ਸਿਆਣਪ ਵਿਦਿਆ ਦੇ ਚਮਤਕਾਰ ਦੱਸ ਕੇ ਦੂਜਿਆਂ ਨੂੰ ਪ੍ਰਭਾਵਿਤ ਕਰਦੇ ਹਨ, ਹੈਰਾਨ ਕਰ ਦਿੰਦੇ ਹਨ। ਪਰ ਜੇ ਕੋਈ ਦੁਖੀਆ ਜਾਂ ਲੋੜਵੰਦ ਆ ਜਾਵੇ ਤਾਂ ਉਸੇ ਪ੍ਰਤੀ ਉਹਨਾਂ ਦੀ ਕੋਈ ਲੰਬੀਆਂ ਲੰਬੀਆਂ ਬਾਹਾਂ ਕਰਕੇ ਭਾਸ਼ਣ ਤਾਂ ਦੇਣਾ ਜਾਣਦੇ ਨੇ, ਕਥੱਕੜ ਦੇਖੇ ਨੇ। ਪਰ ਜੇਕਰ ਕੋਈ ਦੁਖੀਆ ਤੇ ਲੋੜਵੰਦ ਉਹਨਾਂ ਦੇ ਦਰ ਤੇ ਆ ਕੇ ਖੜੋ ਜਾਵੇ, ਉਹਨਾਂ ਨੂੰ ਕਿੰਨੀ ਕਿੰਨੀ ਦੇਰ ਉਡੀਕਣਾ ਪੈਂਦਾ, ਪਰ ਉਹਨਾਂ ਦੀ ਭਾਵਨਾ ਨੂੰ ਸਮਝਣ ਵਾਲਾ ਕੋਈ ਨਹੀਂ ਹੈ। ਕਿਉਂਕਿ ਉਹਨਾਂ ਦਾ ਕਾਰਨ ਕੀ ਹੈ ਕਿ ਉਹ ਘਰੋਂ ਬਾਹਰ ਹੀ ਰਹਿੰਦੇ ਨੇ, ਉਹਨਾਂ ਨੂੰ ਲੱਗਦਾ ਕਿ ਉਹਨਾਂ ਨੇ ਘਰ ਦਾ ਪਿਆਰ ਸਮਝਿਆ ਹੀ ਨਹੀਂ, ਮਾਨਿਆ ਹੀ ਨਹੀਂ। ਨੈਕਸਟ, ਲੇਖਕ ਦੱਸਿਆ ਕਿ ਗੁਰੂਆਂ ਪੈਗੰਬਰਾਂ ਦੇ ਜੇ ਅਸੀਂ ਜੀਵਨ ਦੇਖ ਲਈਏ ਤਾਂ ਗੁਰੂਆਂ ਪੈਗੰਬਰਾਂ ਦੇ ਵਿੱਚ ਵੀ ਘਰ ਦਾ ਪਿਆਰ ਬਹੁਤ ਰਿਹਾ। ਜੇ ਗੁਰੂ ਨਾਨਕ ਦੇਵ ਜੀ ਦਾ ਅਸੀਂ ਹਵਾਲਾ ਦੇਈਏ ਤਾਂ ਗੁਰੂ ਨਾਨਕ ਦੇਵ ਜੀ ਵੀ ਘਰ ਦੇ ਪਿਆਰ ਦੇ ਨਾਲ ਭਿੱਜੇ ਹੋਏ ਸਨ। ਉਹਨਾਂ ਨੂੰ ਘਰ ਵਿੱਚ ਆਪਣੇ ਮਾਤਾ ਵੱਲੋਂ ਪਿਆਰ ਮਿਲਿਆ। ਮਾਤਾ ਜੀ ਪਿਆਰ 'ਚ ਕੀ ਕਹਿੰਦੇ ਸਨ? ਮੈਂ ਤੇਥੋਂ ਵਾਰੀ, ਮੈਂ ਵਾਰੀ, ਠੀਕ ਹੈ, ਮੈਂ ਉਹਨਾਂ ਦੇਸ਼ਾਂ ਤੋਂ ਵਾਰੀ ਜਿੱਥੇ ਤੂੰ ਘੁੰਮ ਕੇ ਆਇਆ ਹੈ, ਠੀਕ ਹੈ ਬੱਚੇ। ਫਿਰ ਉਹਨਾਂ ਦਾ ਭੈਣ ਦਾ ਉਹਨਾਂ ਦੇ ਪ੍ਰਤੀ ਪਿਆਰ, ਭੈਣ ਦਾ ਨਾਮ ਕੀ ਸੀ? ਬੇਬੇ ਨਾਨਕੇ। ਤੇ ਕਿਹੜਾ ਇੱਕ ਲੇਖਕ ਹੋਇਆ, ਕਿਹੜਾ ਇੱਕ ਮਹਾਂਪੁਰਖ ਹੋਇਆ ਜਿਸ ਦੀ ਪਤਨੀ ਉਸਦੇ ਦੁੱਖ ਸੁੱਖ ਵਿੱਚ ਸਹਾਈ ਹੁੰਦੀ ਸੀ? ਮੁਹੰਮਦ ਸਾਹਿਬ ਤੇ ਖਦੀਜਾ ਦੀ ਉਹਨਾਂ ਦੇ ਕੀ ਯੋਗਦਾਨ ਸੀ ਉਹਨਾਂ ਦੇ ਜੀਵਨ ਵਿੱਚ? ਹਰ ਔਖੇ ਵੇਲੇ ਉਹਨਾਂ ਦਾ ਸਾਥ ਦਿੰਦੀ ਸੀ। ਤੇ ਇੱਕ ਇਨਸਾਨ ਹੋਰ ਵੀ ਸੀ ਇਹਦੇ ਵਿੱਚ ਆਇਆ, ਇੱਕ ਵਿਦਵਾਨ ਦਾ ਨਾਮ ਕਾਰਲਾਈਲ। ਉਹਦੀ ਪਤਨੀ ਹੈ ਜਿਹੜੀ, ਉਹ ਚਾਹੁੰਦੀ ਹੈ ਕਿ ਉਹਨੂੰ ਘਰ ਦਾ ਪਿਆਰ ਮਿਲੇ, ਉਹਨੂੰ ਪਤੀ ਦਾ ਸੁੱਖ ਮਿਲੇ, ਪਰ ਉਸਦਾ ਪਤੀ ਕੀ, ਕਾਰਲਾਈਲ ਕਿਹਦੇ ਚ ਬਿਜ਼ੀ ਰਹਿੰਦਾ? ਲਿਖਣ ਵਿੱਚ, ਆਪਣੇ ਕਮਰੇ ਵਿੱਚ ਹੀ ਬੰਦ। ਤੇ ਜੇਕਰ ਉਸਦੀ ਪਤਨੀ ਆਉਂਦੀ ਹੈ ਤਾਂ ਉਸ ਨਾਲ ਗੁੱਸੇ ਵਾਲਾ ਵਿਵਹਾਰ ਰੱਖਦਾ ਹੈ, ਉਸਦੇ ਪ੍ਰਤੀ ਉਸਦਾ ਵਿਵਹਾਰ ਗੁੱਸੇ ਵਾਲਾ ਹੈ। ਅਜਿਹਾ ਕਾਰਨ ਕੀ ਨਜ਼ਰ ਆਉਂਦਾ ਹੈ? ਜੇ ਕਾਰਨ ਕੀ
कि उसने अपनी पत्नी नू कदी प्यार ही नहीं किता, उसका जीवन रोगी प्यार तो सखना है। हुन आपां गल करिए कि लोग अपने बाल बच्चे अते पत्नी नाल जीवन बिताउण ले दी थां कित्थे जांदे ने, क्लबां ते होटलां दे विच। उन्हां दी रहनी बहनी नू रहनी बहनी बिल्कुल बदल चुकी है, घर दे प्यार नू अहमियत नहीं दित्ती जांदी। प्रिंसीपल तेजा सिंह की दसे ने कि घर दे प्यार तो किहड़ा प्यार पैदा हुंदा है, समाज दा ते समाज तो देश दा प्यार पैदा हुंदा है। जिहड़ा इंसान घर विच अपनी पत्नी अपने बच्चियां दे दुख सुख विच सहाई हुंदा है तां किते ना किते उहदे मन विच समाज दी भलाई लई भावना पैदा हुंदी है, ते देश ते जदों कोई मुसीबत बनदी है कोई हमला हो जांदा है तां उह सहन नहीं कर सकदा। क्लियर है बेटे? हुण इहदे अकॉर्डिंग वन मार क्वेश्चन नोट करो, वन मार क्वेश्चन जिहड़े सैंपल पेपर दे अकॉर्डिंग ने, नोट करो बच्चे। जिहड़े क्वेश्चन मैं करवाते हो तुसी आंसर दसने हैं। प्रिंसीपल तेजा सिंह का जन्म कदों होया? 1894, 1896, 1895, 1894। जन्म कित्थे होया? पिंड अडियाला, पिंड जंडियाला, पिंड बासर के, पिंड अडियाला। ठीक है। प्रिंसीपल तेजा सिंह के पिता का नाम पिछोरा सिंह, चरण सिंह, भलाकर सिंह, भलाकर सिंह। ठीक है, हुण रिवाइज हो जाने चाहिए है। नेक्स्ट क्वेश्चन, केड़ी क्लास विच अव्वल आउण ते प्रिंसीपल तेजा सिंह नूं वजीफा मिलिया है? मैं भावें तुहानूं पहला करवाया नहीं है, नोट कर लो। पंजवीं क्लास, मिडल क्लास, दसवीं क्लास, बी ए। मिडल क्लास, मिडल क्लास, मिडल हुंदी है अठवीं क्लास, नोट करो बेटे। मिडल क्लास प्रिंसीपल तेजा सिंह नूं केड़ी जमात विच अव्वल आउण ते, अव्वल मीन्स पहले नंबर ते आउण ते वजीफा मिलिया, स्कॉलरशिप? मिडल क्लास, नाम लिख लो प्रमुख नुक्ता। मिडल क्लास प्रिंसीपल तेजा सिंह ने मैट्रिक दी प्रीख्या कदों पास कीती? 1910। उत्थे डेट दित्तियां ने 1910, 1914, 1917, 1905, 1910। नोट करो बेटे 1910। बीए दी प्रीख्या कदों पास कीती? डेट सेम 1910, 1914, 1918, 1917, 1914। 1917 विच केड़ी प्रीख्या पास कीती? हुण उल्टा कर दो, दसवीं, बीए, एमए, बीएड, एमए। ठीक है, एमए दी डिग्री पास, डिग्री हासिल कीती है एमए। ठीक है, नेक्स्ट, खालसा कॉलेज, खालसा कॉलेज अमृतसर विच प्रिंसीपल तेजा सिंह केड़े विषय पढ़ाते सन? ऑप्शन सुनो पहले ध्यान नाल। फर्स्ट ऑप्शन इज पंजाबी ते धार्मिक सिक्ख्या, सेकंड ऑप्शन अंग्रेजी पंजाबी ते समाजिक सिक्ख्या, थर्ड ऑप्शन इज अंग्रेजी इतिहास ते धार्मिक विद्या। वेरी गुड, अंग्रेजी इतिहास से धार्मिक विद्या। नेक्स्ट क्वेश्चन इज प्रिंसीपल तेजा सिंह दी स्वै जीवनी का नाम, नवियां सोचां, आरसी, मेरी दुनिया, सह सुभा, आरसी। नेक्स्ट, मनुख का आचरण कित्थे बनता है? समाज में, स्कूल में, घर में। कित्थे बनता बेटे? संगत विच, घर विच। नेक्स्ट, मनुख दे निजी बलबलियां अते साक्षी रहनी दा केंद्र की है? घर। समाज, भाईचारा, स्कूल के घर। साक्षी रहनी बहनी की हुंदी, कोई दस सकदा? साक्षी रहनी बहनी मीन शख्सियत किवें बनदी है उहदी, उहदी पर्सनैलिटी, उहदी शख्सियत। नेक्स्ट वन इज कौन लोगों
कौन लोकां नूं अपनी सियाणप ते विद्या दे चमत्कार दस के हैरान कर दिंदा है। कथकड़ समाजिक आगू, राजसी आगू, चापलूस जां कथकड़? कथकड़। नेक्स्ट वन इज किन्ना दी जिंदगी रस तो खाली जई हुंदी है, जिन्ना विच घर दा प्यार नहीं हुंदा। ऑप्शंस दित्तियां ने, जिहड़े घर तो दूर रहिंदे हन, जिहड़े समाजिक गतिविधियां विच हिस्सा नहीं लैंदे, जिहड़े घर लई तरसे हन, जिहड़े घर जिन्हां नूं घर दा प्यार नहीं मिलिया हुंदा। नेक्स्ट, श्री गुरु नानक देव जी परदेश यात्रा तो परत के पिंड तो बाहर किथे बैठे सने? खूह ते। ए तुहानूं पेपर च वी आया सी क्वेश्चन। नेक्स्ट वन इज माता तृप्ता जी दे प्यार भरे बोल सुन के गुरु नानक देव जी ने की प्रतिक्रिया प्रगटाई सी? गुरु जी चरणा विच डिग पए सन, डिग के बहुत रोए सन। हजरत मुहम्मद दी बीवी दा नाम की सी? खदीजा। कारलाइल ने सारे संसार नूं किस विषय ते अमुक सिख्या दित्ती? चुप रहन दे विषय ते अमुक सिख्या दित्ती। अमुक दा की मतलब हुंदा? ऐड़ा अगेतर लग्या होया, हुण तां दस दो मीनिंग। जेड़ा ना मुके, अमुक दा मतलब जेड़ा ना मुके, ना खत्म होए। अजकल बहुत सारी दुराचारी दा की कारण है? दुराचारी दा की कारण है? लोकां दा अपना चरित्र, लोकां दा लालच, घरोगी वसों दा घटना ते बाजारी रहनी बहनी नूं अपनाउणा, बदल रहे हालात ते घरोगी वसों दा घटना ते बाजारी रहनी बहनी नूं अपनाउणा किस गल नूं वर्णन करदा? जे इदां क्वेश्चन आ जाए, दुराचार किस नूं वर्णन करदा? दुराचार। इत्थे ऑप्शन आएगी सभ्याचार नूं, सदाचार नूं, किनूं करदा? दुराचार। ते केड़ी घाट नूं? सदाचार दी घाट नूं। इस तरह भी क्वेश्चन आ सकदा। लिसन, घरोगी जीवन दी घाट ते बाजारी रहनी बहनी नूं अपनाउणा किस नूं वर्णन करदा है? दुराचार नूं। ते जे दुराचार दी आ जाए दी थां आ जाए केड़ी घाट नूं? सदाचार दी घाट। ठीक है, किसी तरह भी ये क्वेश्चन हो सकता है। नेक्स्ट, लोग कित्थों दी रहनी नूं ज्यादा पसंद करदे हन? क्लबां ते होटलां दी रहनी नूं। उत्थे ऑप्शन आएगी स्कूल दी रहनी नूं, घर दी रहनी बहनी नूं, शहरी रहनी बहनी नूं, जां क्लबां जां होटलां दी रहनी? क्लबां दी, होटलां दी रहनी बहनी। नेक्स्ट क्वेश्चन इज, नोट कर लो बच्चे, असली धार्मिक जीवन दी नी कित्थों दी रहनी बहनी विच रखी जा सकती है? घर दी रहनी बहनी विच। उत्थे ऑप्शन आएगा क्लबां दी रहनी बहनी, आधुनिक रहनी बहनी, बाजारी रहनी बहनी, जां घर दी रहनी बहनी? केड़ी नी रखी जा सकती है? धार्मिक जीवन दी नी घर दी रहनी बहनी विच ही रखी जा सकती है। नेक्स्ट क्वेश्चन इज, धर्म घरां विचों निकल के किथे आ गया है? बाजारां विच, स्कूलां विच, कॉलेजां विच, यूनिवर्सिटियां विच, जां बाजारां विच? सिख गुरुआं ने किस जीवन ते जोर दिता? सिख गुरुआं ने ते महापुरखां ने भी कहा कि घरोगी जीवन नूं अपनांदिया ही रब नूं पाया जा सकता है, और उहदे लई साडे गुरु साहिबान एक बहुत वड्डी मिसाल हन, जिन्हां ने गृहस्थी जीवन नूं भी अपनाया ते जिंदगी विच सच्ची सुची किरत भी कीती, भुल्ले भटके लोकां नूं राहे भी पाया। सब तो वड्डी उदाहरण गुरु नानक देव जी का जीवन,
ਜਿਨ੍ਹਾਂ ਨੇ ਘਰੋਗੀ ਜੀਵਨ ਵੀ ਮਾਨਿਆ, ਘਰ ਦੇ ਪਿਆਰ ਨੂੰ ਵੀ ਮਾਨਿਆ, ਤੇ ਸਾਰੀ ਦੁਨੀਆਂ ਨੂੰ ਸਹੀ ਰਸਤਾ ਦਿਖਾਉਣ ਲਈ ਚਾਰ ਉਦਾਸੀਆਂ ਵੀ ਕੀਤੀਆਂ। ਨੈਕਸਟ, ਸਮਾਜ ਅਤੇ ਦੇਸ਼ ਦਾ ਪਿਆਰ ਕਿੱਥੋਂ ਪੈਦਾ ਹੁੰਦਾ ਹੈ? ਸਮਾਜ ਦੇ ਪਿਆਰ ਤੋਂ, ਦੇਸ਼ ਦੇ ਪਿਆਰ ਤੋਂ, ਰਿਸ਼ਤੇਦਾਰਾਂ ਦੇ ਪਿਆਰ ਤੋਂ, ਜਾਂ ਘਰ ਦੇ ਪਿਆਰ ਤੋਂ? ਘਰ ਦੇ ਪਿਆਰ ਤੋਂ ਕਿਹੜਾ ਪਿਆਰ ਪੈਦਾ ਹੁੰਦਾ ਹੈ? ਸਮਾਜ ਪ੍ਰਤੀ, ਦੇਸ਼ ਪ੍ਰਤੀ। ਧਿਆਨ ਬਟੇ, ਇਸ ਤੋਂ ਇਲਾਵਾ ਹੋਰ ਕੁਸ਼ਚਨ ਨੋਟ ਕਰ ਲਓ। ਤਕਰੀਬਨ ਸਾਰੇ ਕੁਸ਼ਚਨ ਮੈਂ ਕਰਵਾ ਦੇਣੇ ਹੈ। ਪ੍ਰਿੰਸੀਪਲ ਤੇਜਾ ਸਿੰਘ ਪਟਿਆਲੇ ਦੇ ਕਿਹੜੇ ਕਾਲਜ ਦੇ ਪ੍ਰਿੰਸੀਪਲ ਲੱਗੇ ਸਨ? ਨੋਟ, ਪਟਿਆਲੇ ਦੇ, ਉਹ ਖਾਲਸਾ ਕਾਲਜ ਬੰਬਈ ਚ ਸੀ, ਮੋਦੀ ਕਾਲਜ, ਸਟੇਟ ਕਾਲਜ, ਮਹਿੰਦਰਾ ਕਾਲਜ, ਵਿਕਰਮ ਕਾਲਜ। ਮਹਿੰਦਰਾ ਕਾਲਜ ਵਿੱਚ ਪ੍ਰਿੰਸੀਪਲ ਲੱਗੇ ਸਨ। ਹੁਣ ਲਿਖੋ ਮੀਨਿੰਗ, ਝਮੇਲਿਆਂ ਸ਼ਬਦ ਦਾ ਕੀ ਭਾਵ ਹੈ? ਲਿਖੋ ਬੱਚੇ ਆਪਸ਼ਨ, ਝਮੇਲੇ ਸ਼ਬਦ ਤੋਂ ਕੀ ਭਾਵ ਹੈ? ਨਖਰੇ, ਉਮੀਦਾਂ, ਝਗੜੇ। ਸਾਕ ਸੰਬੰਧੀ, ਝਮੇਲਿਆਂ ਤੋਂ ਭਾਵ ਹੈ ਝਗੜਿਆਂ। ਨੈਕਸਟ ਕੁਸ਼ਚਨ ਇਸ, ਭਾਈ ਹੋਰਾਂ ਨੇ ਸਾਰੀ ਜ਼ਿੰਦਗੀ ਕਿੱਥੇ ਟਪਾ ਦਿੱਤੀ? ਮੋਟਰਾਂ ਗੱਡੀਆਂ ਵਿੱਚ, ਝਗੜੇ ਕਰਦਿਆਂ, ਕਥਾ ਕਰਦਿਆਂ, ਕਿਤਾਬਾਂ ਪੜ੍ਹਦਿਆਂ? ਮੋਟਰਾਂ ਗੱਡੀਆਂ ਵਿੱਚ ਸਫ਼ਰ ਕਰਦਿਆਂ। ਕੁਸ਼ਚਨ ਨੋਟ ਕਰ ਲਓ, ਭਾਈ ਜੀ ਹੋਰਾਂ ਨੇ ਸਾਰੀ ਜ਼ਿੰਦਗੀ ਕਿੱਥੇ ਬਿਤਾ ਦਿੱਤੀ? ਮੋਟਰਾਂ ਗੱਡੀਆਂ ਵਿੱਚ ਸਫ਼ਰ ਕਰਦਿਆਂ। ਗੁਰੂ ਨਾਨਕ ਦੇਵ ਜੀ ਦਾ ਸਾਥੀ ਕੌਣ ਸੀ? ਮਰਦਾਨਾ, ਗੋਰਖਨਾਥ, ਰਤਨਾ, ਸਦਨਾ। ਗੁਰੂ ਨਾਨਕ ਦੇਵ ਜੀ ਦਾ ਪੱਕਾ ਸਾਥੀ ਮਰਦਾਨਾ ਸੀ। ਨੈਕਸਟ ਕੁਸ਼ਚਨ ਇਸ, ਇਖਲਾਕੀ ਸ਼ਬਦ ਦਾ ਅਰਥ ਲਿਖੋ। ਇਖਲਾਕ ਲਿਖੋ ਬੱਚੇ, ਮਹਿੰਗਾ, ਹੰਢਣਸਾਰ, ਸਦਾਚਾਰਕ, ਦੁਰਾਚਾਰਕ। ਇਖਲਾਕ ਅਤੇ ਸਦਾਚਾਰਕ ਗੁਣ ਕਿੱਥੋਂ ਮਿਲਦੇ ਨੇ? ਘਰੋਗੀ ਜੀਵਨ ਚੋਂ। ਇਖਲਾਕ ਦਾ ਮਤਲਬ ਹੀ ਸਦਾਚਾਰਕ ਗੁਣ ਹੁੰਦੇ ਨੇ, ਠੀਕ ਹੈ? ਇਖਲਾਕ ਦਾ ਮਤਲਬ ਹੀ ਚਰਿੱਤਰ ਹੁੰਦਾ ਹੈ, ਆਚਰਣ ਹੁੰਦਾ ਹੈ, ਜੋ ਕਿ ਸਦਾਚਾਰਕ ਗੁਣਾਂ ਅਨੁਸਾਰ ਬਣਦਾ ਹੈ। ਨੈਕਸਟ ਕੁਸ਼ਚਨ, ਬਿਰਧ ਬੀਬੀ ਜੀ ਕਿਸਦੀ ਪੁਤਲੀ ਹੋਏ ਹਨ? ਸੁਹੱਪਣ ਦੀ, ਗੁੱਸੇ ਦੀ, ਨੇਕੀ ਤੇ ਉਪਕਾਰ ਦੀ, ਸਿਆਣਪ ਦੀ? ਨੇਕੀ ਤੇ ਉਪਕਾਰ ਦੀ। ਯੈਸ ਬੇਟੇ, ਸੈਕਿੰਡ ਬੋ ਆਰਥਿਕ ਸ਼ਬਦ, ਕੱਲ ਦੀ ਕਲਾਸ ਤਾਰ ਸ਼ਬਦ ਸਭ ਨੂੰ ਕਲੀਅਰ ਹੋ ਗਿਆ। ਨੈਕਸਟ ਹੈ ਤਪ। ਤਪ ਦਾ ਮਤਲਬ ਹੈ ਬੰਦਗੀ ਜਾਂ ਭਗਤੀ। ਤਪ ਦਾ ਮਤਲਬ ਹੈ ਗਰਮ। ਪਹਿਲੇ ਮੀਨਿੰਗ ਲਿਖ ਲਓ ਟੇਬਲ ਬਣਾ ਕੇ। ਤਪ ਦਾ ਮਤਲਬ ਹੈ, ਤਪਣਾ ਮੀਨਸ ਗੁੱਸੇ ਵਿੱਚ ਆਉਣਾ, ਗੁੱਸਾ ਆਉਣਾ। ਤੂੰ ਇੰਨਾ ਕਿਉਂ ਤਪ ਰਿਹਾ? ਠੰਡੇ ਸੁਭਾਅ ਤੋਂ ਕੰਮ ਲੈ। ਉਸਦਾ ਪਿੰਡਾ ਬੁਖਾਰ ਨਾਲ ਤਪ ਰਿਹਾ, ਮੀਨਸ ਗਰਮ ਹੈ ਉਹ। ਗਰਮ, ਇੱਕ ਤਪ ਦਾ ਮਤਲਬ ਗਰਮ, ਇੱਕ ਤਪ ਦਾ ਮਤਲਬ ਹੈ ਗੁੱਸਾ, ਇੱਕ ਤਪ ਮੀਨਸ ਬੰਦਗੀ ਜਾਂ ਭਗਤੀ ਜਾਂ ਬਿਰਤੀ। ਸਾਡੇ ਮਹਾਂਪੁਰਖਾਂ ਨੇ, ਸਾਧੂ ਸੰਤਾਂ ਨੇ ਬਹੁਤ ਤਪ ਕੀਤਾ। ਨੈਕਸਟ ਲਿਖੋ ਤਾਰ। ਤਾਰ ਇੱਕ
ਕਿਸੇ ਵੀ ਤਰ੍ਹਾਂ ਦੀ ਤਾਰ, ਲੋਹੇ ਦੀ ਤਾਰ, ਬਿਜਲੀ ਦੀ ਤਾਰ, ਪਲਾਸਟਿਕ ਦੀ ਤਾਰ, ਕਿਸੇ ਵੀ ਤਰ੍ਹਾਂ ਦੀ ਤਾਰ, ਕੱਪੜੇ ਤਾਰ ਤੇ ਸੁੱਕਣੇ ਪਾ ਦਿਓ। ਇਹ ਬਿਜਲੀ ਦੀ ਤਾਰ ਹੈ, ਇਸ ਤੋਂ ਬਚ ਕੇ ਚੱਲੋ। ਅੱਗੇ ਤਾਰ ਹੈ, ਤਾਰ ਦੇਣਾ, ਪਾਰ ਕਰਾ ਦੇਣਾ। ਚੰਗਿਆਂ ਦਾ ਸੰਗ ਮਨੁੱਖ ਨੂੰ ਤਾਰ ਦਿੰਦਾ ਹੈ। ਜਿਵੇਂ ਤਰ ਸੀ ਸਫਲ ਹੋਣਾ, ਉਵੇਂ ਤਾਰ ਹੈ ਮੀਂਹ ਸਫਲ ਕਰਾ ਦੇਣਾ। ਤਰ ਮੀਂਹ ਚੰਗਿਆਂ ਦੇ ਸੰਗ ਨਾਲ ਇਨਸਾਨ ਤਰ ਜਾਂਦਾ ਹੈ। ਚੰਗਿਆਂ ਦਾ ਸੰਗ ਇਨਸਾਨ ਨੂੰ ਤਾਰ ਦਿੰਦਾ ਹੈ। ਅੱਗੇ ਤਾਰ ਦਾ ਮਤਲਬ ਹੈ ਭੁਗਤਣਾ। ਪਾਣੀ ਦਾ ਬਿੱਲ ਤਾਰ ਆਓ, ਪਾਣੀ ਦਾ ਬਿੱਲ, ਬਿਜਲੀ ਦਾ ਬਿੱਲ ਤਾਰ ਆਓ, ਮੀਂਹ ਦੇ ਆਓ, ਪੇ ਕਰਨਾ, ਭੁਗਤਾਨ ਕਰਨਾ, ਭੁਗਤਾਨ ਕਰਨਾ। ਇਹ ਤੁਹਾਡੀ ਬੁੱਕ ਚ ਨਹੀਂ ਦਿੱਤਾ ਹੋਇਆ, ਠੀਕ ਹੈ। ਤਾਰ ਦਾ ਮਤਲਬ ਹੈ ਭੁਗਤਾਨ ਕਰਨਾ। ਇੱਕ ਤਾਰ ਦਾ ਮਤਲਬ ਹੈ ਟੈਲੀਗ੍ਰਾਮ। ਪੁਰਾਣੇ ਸਮੇਂ ਵਿੱਚ ਜਦੋਂ ਕਿਸੇ ਨੂੰ ਕੋਈ ਦੁੱਖ ਜਾਂ ਖੁਸ਼ੀ ਦੀ ਖਬਰ ਦੇਣੀ ਹੁੰਦੀ ਤਾਂ ਤਾਰ ਭੇਜੀ ਜਾਂਦੀ ਸੀ, ਟੈਲੀਗ੍ਰਾਮ, ਕਿ ਤੁਸੀਂ ਇਮੀਡੀਏਟਲੀ ਪਹੁੰਚਣਾ। ਕੋਈ ਦੁਖਦਾਈ ਘਟਨਾ ਵਾਪਰ ਗਈ ਹੈ ਜਾਂ ਕੋਈ ਖੁਸ਼ੀ ਹੈ ਤਾਂ ਟੈਲੀਗ੍ਰਾਮ ਭੇਜੀ ਜਾਂਦੀ ਸੀ, ਉਹਨੂੰ ਕਹਿੰਦੇ ਆ ਤਾਰ। ਤਾਰ ਭੇਜੀ ਜਾਂਦੀ ਸੀ ਪੁਰਾਣੇ ਸਮੇਂ ਵਿੱਚ, ਜਦੋਂ ਨਿਊ ਟੈਕਨੋਲੋਜੀ ਦਾ ਇੰਨਾ ਵਿਕਾਸ ਨਹੀਂ ਸੀ ਹੋਇਆ, ਮੋਬਾਈਲ ਨਹੀਂ ਸੀ ਆਏ, ਤਾਂ ਪਹਿਲਾਂ ਚਿੱਠੀ ਪੱਤਰ ਭੇਜੇ ਜਾਂਦੇ ਸਨ ਤੇ ਨਾਲ ਤਾਰ ਵੀ ਭੇਜੀ ਜਾਂਦੀ ਸੀ, ਠੀਕ ਹੈ। ਨੈਕਸਟ ਵਰਡ ਇਜ਼ ਤੰਗ। ਤੰਗ, ਪਰੇਸ਼ਾਨ। ਗਰੀਬਾਂ ਨੂੰ ਤੰਗ ਨਾ ਕਰੋ। ਇੱਕ ਤੰਗ ਮੀਨਸ ਭੀੜਾ। ਇਹ ਗਲੀ ਤੰਗ ਹੈ, ਇਹ ਗਲੀ ਤੰਗ ਹੈ, ਇੱਥੋਂ ਕਾਰ ਨਹੀਂ ਨਿਕਲ ਸਕਦੀ। ਇੱਕ ਤੰਗ ਮੀਨਸ ਘਾਟ ਜਾਂ ਕਮੀ, ਪੈਸੇ ਦੀ ਤੰਗੀ, ਹਵਾਲਾਤ ਦੀ ਤੰਗੀ ਤੋਂ ਵੀ ਭੈੜੀ ਹੁੰਦੀ ਹੈ। ਕੁਐਸਚਨ ਕੀਤਾ ਤੁਸੀਂ ਕਿਹੜੇ ਲੈਸਨ ਚ ਕੁਲਫੀ ਲੈ, ਠੀਕ ਹੈ ਬੱਚੇ। ਬਾਕੀ ਆਪਾਂ ਕੱਲ ਦੀ ਕਲਾਸ ਚ ਕਰਾਂਗੇ। ਥੈਂਕ ਯੂ ਸੋ ਮਚ।